ਪਠਾਨਕੋਟ ਵਿੱਚ ਸਿਹਤ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਆਪਣੀਆਂ ਮੰਗਾਂ ਨੂੰ ਲੈ ਕੇ ਮਲਟੀਪਰਪਜ਼ ਸਿਹਤ ਵਰਕਰਾਂ ਵੱਲੋਂ 5 ਦਿਨਾਂ ਹੜਤਾਲ ਕੀਤੀ ਗਈ। ਪਠਾਨਕੋਟ ਵਿੱਚ ਹੜਤਾਲ 'ਤੇ ਬੈਠੇ ਸਿਹਤ ਮਹਿਕਮੇ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਮਲਟੀਪਰਪਜ਼ ਸਿਹਤ ਵਰਕਰ ਪਿਛਲੇ 12-13 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ, ਪਰੰਤੂ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ। ਰੋਸ ਧਰਨੇ ਨੂੰ ਸੰਬੋਧਨ ਕਰਦੇ ਆਗੂਆਂ ਨੇ ਚੇਤਾਵਨੀ ਦਿੰਦਿਆਂ ਦੱਸਿਆ ਕਿ ਮੰਗਾਂ ਨਾ ਮੰਨੇ ਜਾਣ ਦੀ ਹਾਲਤ ਵਿੱਚ ਉਹ ਮਰਨ ਵਰਤ ਸ਼ੁਰੂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਹਨਾਂ ਦੱਸਿਆ ਕਿ 6 ਅਗਸਤ ਨੂੰ ਚੰਡੀਗੜ੍ਹ ਵਿੱਚ ਪੰਜਾਬ ਪੱਧਰੀ ਰੈਲੀ ਕੀਤੀ ਜਾ ਰਹੀ ਹੈ, ਜਿੱਥੇ ਆਰ ਪਾਰ ਦੀ ਲੜਾਈ ਦਾ ਐਲਾਨ ਕੀਤਾ ਜਾਵੇਗਾ। ਪਿੰਡਾਂ 'ਚ ਕੁੜੀਆਂ ਰੂਰਲ ਏਰੀਏ 'ਚ ਲੋਕਾਂ ਦੇ ਬੱਚਿਆਂ ਨੂੰ ਵੈਕਸੀਨ ਕਰਦੀਆਂ ਜਾਂ ਪ੍ਰੈਗਨੈਂਟ ਐਂਟੀਨੇਟਲ ਦੀ ਕੇਅਰ ਕਰਦੀਆਂ, ਅਸੀਂ ਸਾਰਾ ਉਹ ਕੈਡਰ ਹੈਗੇ ਹਾਂ। ਅਸੀਂ ਇੱਕ ਇੱਕ ਪਿੰਡ 'ਚ ਕੁੜੀ, ਪੰਜ ਪਿੰਡਾਂ ਨੂੰ ਅਸੀਂ ਇੱਕ ਇੱਕ ਕੁੜੀ ਸੇਵਾਵਾਂ ਦਿੰਦੇ ਹਾਂ। ਅਤੇ ਅਸੀਂ ਪਿਛਲੇ 12 ਸਾਲਾਂ ਤੋਂ ਇਸ ਡਿਪਾਰਟਮੈਂਟ 'ਚ ਕੰਮ ਕਰ ਰਹੇ ਹਾਂ। ਸਾਨੂੰ ਬੜੀਆਂ ਘੱਟ ਤਨਖਾਹਾਂ 'ਤੇ ਇਹਨਾਂ ਨੇ ਅਪੁਆਇੰਟ ਕੀਤਾ ਸੀ, ਜਦਕਿ ਅਸੀਂ ਸਾਰੀਆਂ ਹੀ ਵੈੱਲ ਐਜੂਕੇਟਡ ਅਤੇ ਮੈਰਿਟ ਫਾਈਟ ਕਰਦੀਆਂ, ਕੋਈ ਵੀ ਕੁੜੀ ਮਤਲਬ ਘੱਟ ਮੈਰਿਟ ਵਾਲੀ ਨਹੀਂ ਹੈ। ਇਹਦੇ ਬਾਵਜੂਦ ਇਹਨਾਂ ਨੇ ਸਾਨੂੰ ਟਾਈਮ 'ਤੇ ਲਾਰੇ ਲਾਏ, ਅਸੀਂ ਤੁਹਾਡੀ ਪੇ ਵਧਾ ਦਾਂਗੇ, ਈਵਨ ਕਿ ਬੜੇ ਡਰਾਮੇ ਕੀਤੇ। ਬਾਦਲ ਸਰਕਾਰ ਨੇ ਵੀ ਬੜੇ ਡਰਾਮੇ, ਹੁਣ 4 ਸਾਲ ਹੋ ਗਿਆ ਅਸੀਂ ਇਸ ਸਰਕਾਰ ਦੇ ਵਿੱਚ। 12-13 ਸਾਲਾਂ ਤੋਂ ਉਸ ਤਰੀਕੇ 'ਤੇ ਕੰਮ ਕਰ ਰਹੇ ਹਾਂ, ਹੁਣ ਇੰਨਾ ਜ਼ਿਆਦਾ ਸਰਕਾਰ ਤੋਂ ਅੱਕ ਚੁੱਕੀ ਉਹਨਾਂ ਦੇ ਲਾਰਿਆਂ ਤੋਂ ਪ੍ਰਧਾਨੀ ਆ ਕਿ ਸਾਡੇ ਕੋਲ ਜਿੰਨਾ ਵੀ ਹੋਏਗਾ ਵੱਧ ਤੋਂ ਵੱਧ ਚੰਡੀਗੜ੍ਹ ਜਾ ਕੇ, ਹੁਣ 5 ਤਰੀਕ ਤੱਕ ਅਸੀਂ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਪਠਾਨਕੋਟ ਡਿਸਟ੍ਰਿਕਟ ਜਿੰਨੇ ਵੀ ਡਿਸਟ੍ਰਿਕਟ ਹੈਗੇ ਹਰ ਕੁੜੀ ਆਪਣੇ ਡਿਸਟ੍ਰਿਕਟ ਦੇ ਵਿੱਚ ਸਰਕਾਰ ਦਾ ਪਿੱਟ ਧਿਆਪਾ ਕਰੇਗੀ। ਉਹਦੇ ਨਾਲ ਅਸੀਂ 6 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਆਪਣੀ ਰੈਲੀ ਕਰ ਰਹੇ ਹਾਂ। ਉੱਥੇ ਹਰ ਇੱਕ ਕੁੜੀ, ਜਦ ਕਿ ਕਿਸੇ ਦੀ ਵੀ ਕੋਈ ਮਜਬੂਰੀ ਹੋਵੇ, ਹਰ ਤਰ੍ਹਾਂ ਨਾਲ ਉੱਥੇ ਪੁੱਜ ਕੇ ਜਿੰਨਾ ਵੱਧ ਤੋਂ ਵੱਧ ਸਰਕਾਰ ਦਾ ਪਿੱਟ ਧਿਆਪਾ ਕੀਤਾ ਜਾਏਗਾ, ਦਿਲੋਂ ਜਾਣ ਹੋ ਕੇ ਲਾਵਾਂਗੇ ਅਸੀਂ ਸਰਕਾਰ ਤੋਂ ਨਹੀਂ। ਉਹਨੇ ਬੋਲਿਆ ਕਿ ਪਹਿਲੇ ਤੋਂ ਕਹਾ ਤੱਕ ਕਿ ਹਮ ਰਿਪੋਰਟਿੰਗ ਨਹੀਂ ਕਰੇਂਗੇ, ਹਮ ਕਾਮ ਕਰੇਂਗੇ, ਰਿਪੋਰਟਸ ਜੋ ਹੈ ਵੋ ਨਹੀਂ ਸਬਮਿਟ ਕਰੇਂਗੇ। ਲੇਕਿਨ ਇਨਕੀ ਰਿਪੋਰਟਸ ਨਾ ਦੇਣੇ ਸੇ ਜੋ ਹੈ ਹਮਾਰਾ ਇਸਕਾ ਜੋ ਡਾਟਾ ਹੈ ਵੋ ਕੰਪਲੀਟ ਨਹੀਂ ਹੋਤਾ ਹੈ। ਹਮਾਰੇ ਟਾਰਗੇਟ ਸਮੇਂ ਪਤਾ ਨਹੀਂ ਕਿ ਪੂਰੇ ਹੋਏ ਕਿ ਨਹੀਂ ਹੋਏ। ਤੋ ਸਰਕਾਰ ਕੀ ਤਰਫ ਸੇ ਇੱਕ ਲੈਟਰ ਆਈ ਹੈ ਮਿਸ਼ਨ ਡਾਇਰੈਕਟਰ ਕੀ ਤਰਫ ਸੇ ਕਿ ਅਗਰ ਇਹ ਕੰਮ ਨਹੀਂ ਕਰਤੀ ਹੈ ਇਨਕੋ ਨੋਟਿਸ ਦਿਆ ਜਾਏ। ਪਠਾਨਕੋਟ ਤੋਂ ਗੁਰਦੇਵ ਸਿੰਘ ਜੌਹਲ ਦੀ ਰਿਪੋਰਟ।